ਵੱਡੀ ਖਬਰ ਇਸ ਵੇਲੇ ਦੀ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਰਹਿੰਦੇ ਮਸ਼ਹੂਰ ਪੰਜਾਬੀ ਸਿੰਗਰ ਅੰਮ੍ਰਿਤਪਾਲ ਸਿੰਘ ਉਰਫ ਏਪੀ ਟਿੱਲੋ ਜਿਨਾ ਦੇ ਘਰ ਦੇ ਉੱਪਰ ਫਾਇਰਿੰਗ ਕੀਤੀ ਗਈ ਸੀਗੇ ਤੇ ਉਸ ਨੂੰ ਫਾਇਰਿੰਗ ਕਰਨ ਵਾਲੇ ਮੁਲਜ਼ਮ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕਰ ਲਿੱਤਾ ਗਿਆ ਦੱਸ ਦਈਏ ਕਿ ਸ਼ੱਕ ਦੇ ਆਧਾਰ ਤੇ ਜਿਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਇੱਕ ਸਾਥੀ ਦੀ ਵੀ ਪਛਾਣ ਕਰ ਲਈ ਗਈ ਹੈ ਹਾਲਾਂਕਿ ਉਹ ਗ੍ਰਿਫਤ ਵਾਧ ਦੱਸਿਆ ਜਾ ਰਿਹਾ ਤੇ ਇਹ ਵੀ ਖੱਸਾ ਜਿਤਾਇਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗ੍ਰਿਫਤਾਰ ਕੀਤਾ ਜਿਹੜਾ ਮੁਲਜ਼ਮ ਹੈ ਉਸ ਦਾ ਸਾਥੀ ਜਿਹੜਾ ਉਪਾਰਿਤ ਵਾਪਸ ਆ ਗਿਆ ਸੀਗਾ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਏਪੀ ਢਿੱਲੋ ਦੇ ਘਰ ਬਾਹਰ ਫਾਇਰਿੰਗ ਕਰਨ ਵਾਲੇ આરોપી ਨੂੰ ਗ੍ਰਿਫਤਾਰ ਕਰ ਲਿਤਾ ਗਿਆ ਕੈਨੇਡੀਅਨ ਪੁਲਿਸ ਵੱਲੋਂ ਉਸ ਦੇ ਸਾਥੀ ਦੀ ਪਛਾਣ ਕਰ ਲਈਤੀ ਗਈ ਹੈ ਹਾਲਾਂਕਿ ਪੁਲਿਸ ਦੀ ਗ੍ਰਿਫਤੋਂ ਬਾਹਰ ਦੱਸਿਆ ਜਾ ਰਿਹਾ ਹੈ ਖੱਸਾ ਇਹ ਵੀ ਜਿਤਾਇਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਹ આરોપી ਭਾਰਤ ਆ ਗਿਆ ਸੀਗਾ 3 ਸਾਲ 2 ਸਤੰਬਰ ਨੂੰ ਏਪੀ ਢਿੱਲੋ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਘਰ ਦੇ ਵਿੱਚ ਫਾਇਰਿੰਗ ਹੋਈ ਸੀ। ਇਸ ਮਾਮਲੇ ਦੇ ਵਿੱਚ ਹੁਣ ਬੈਂਕੂਵਰ ਦੇ RCMP ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਪੰਜਾਬੀ ਗਾਇਕ ਏਪੀ ਢਿੱਲੋ ਦੇ ਘਰ ਵਿੱਚ ਫਾਇਰਿੰਗ ਮਾਮਲੇ ਦੇ ਵਿੱਚ ਸ਼ੱਕੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੂਜੇ ਦੇ ਕੈਨੇਡਾ ਤੋਂ ਭੱਜ ਕੇ ਭਾਰਤ ਆਉਣ ਦਾ ਖਸਾਜ ਦਾਇਆ ਜਾ ਰਿਹਾ ਹੈ। ਮਲਜ਼ਮ ਦੀ ਪਛਾਣ ਵਿਨਿਪੈਗ ਦੇ ਰਹਿਣ ਵਾਲੇ ਅਭਜੀਤ ਕਿੰਗਰਾ ਅਤੇ ਵਿਕਰਮ ਸ਼ਰਮਾ ਵਜੋਂ ਹੋਈ ਹੈ ਪੁਲਿਸ ਮੁਤਾਬਕ ਅਭਜੀਤ ਕਿੰਗ ਨੂੰ ਬੁੱਧਵਾਰ ਨੂੰ ਉਟਾਰੀਓ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਅਭਜੀਤ ਤੇ ਗੋਲੀਆਂ ਚਲਾਉਣ ਅਤੇ ਅੱਗ ਲਗਾਉਣ ਦਾ ਦੋਸ਼ ਵੀ ਲੱਗਾਇਆ ਗਿਆ ਉਥੇ ਹੀ ਉਕਤ ਵਾਰਦਾਤ ਵੇਲੇ ਵਿਕਰਮ ਸ਼ਰਮਾ ਵੀ ਉਸ ਵੇਲੇ ਨਾਲ ਸੀ ਵਾਰਦਾਤ ਤੇ ਮਕਰੋ ਉਹਦਾ ਸਾਥੀ ਜਿਹੜਾ ਸੀਗਾ ਉਹ ਭਾਰਤ ਵਾਪਸ ਭੱਜ ਗਿਆ ਸੀ ਫਿਲਹਾਲ ਵੱਡੇ ਅਪਡੇਟ ਹੈ ਕਿ ਏਪੀਟ ਨੂੰ ਦੇ ਘਰ ਦੇ ਉੱਪਰ ਫਾਇਰਿੰਗ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ